ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬਚਾਉਣ ਦੇ ਲਈ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਭਿਆਨਕ ਅੱਗ ਕਾਰਨ ਨਿਊ ਸਾਊਥ ਵੇਲਸ, ਵਿਕਟੋਰੀਆ ਤੇ ਦੱਖਣੀ ਆਸਟ੍ਰੇਲੀਆ ਵਿੱਚ ਸਥਿਤੀ ਹੋਰ ਵੀ ਭਿਆਨਕ ਹੋ ਗਈ ਹੈ। ਇਸ ਭਿਆਨਕ ਸਥਿਤੀ ਦੀਆਂ ਫੋਟੋਜ਼ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ। ਇਹ ਭਾਵੁਕ ਤੇ ਦਰਦਨਾਕ ਵੀਡੀਓਜ਼ ਦੇਖ ਹਰ ਕੋਈ ਰੱਬ ਅੱਗੇ ਆਸਟ੍ਰੇਲੀਆ ਵਾਸੀਆਂ ਤੇ ਬੇਜ਼ੁਬਾਨ ਪਸ਼ੂਆਂ ਲਈ ਅਰਦਾਸ ਕਰ ਰਿਹਾ ਹੈ। ਤੇ ਲੋਕਾਂ ਦੀ ਅਰਦਾਸ ਪਰਮਾਤਮਾ ਵੱਲੋਂ ਸੁਣ ਵੀ ਲਈ ਗਈ ਹੈ। ਬੀਤੇ ਦਿਨ ਆਸਟ੍ਰੇਲੀਆ ਦੇ ਐਡਨ ਸ਼ਹਿਰ ਵਿੱਚ ਬਾਰਿਸ਼ ਹੋਈ ਹੈ ਤੇ ਬਾਰਿਸ਼ ਨੂੰ ਦੇਖ ਲੋਕਾਂ ਨੂੰ ਜਿਵੇਂ ਚਾਅ ਚੜ ਗਿਆ ਹੋਵੇ। ਬਾਰਿਸ਼ ਦੀ ਗਿਰ ਰਹੀ ਇੱਕ ਇੱਕ ਬੂੰਦ ਨੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਦਿੱਤੀ। ਇਸ ਭਿਆਨਕ ਅੱਗ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਹੁਣ ਤੱਕ 24 ਹੋ ਚੁੱਕੀ ਹੈ। ਦੱਸ ਦਈਏ ਕਿ ਬਟਲੋ ਕਸਬੇ ਵਿੱਚ ਇੱਕ 47 ਸਾਲਾਂ ਬਜ਼ੁਰਗ ਵਿਅਕਤੀ ਦੀ ਆਪਣੇ ਦੋਸਤ ਦੇ ਘਰ ਦੀ ਰੱਖਿਆ ਕਰਦਿਆਂ ਮੌਤ ਹੋ ਗਈ ਹੈ। ਬਿਊਰੋ ਰਿਪੋਰਟ, ਰੰਗਲਾ ਟੀਵੀ।